गुड मॉर्निंग जी सारे नूं ते स्वागत है नवें ब्लॉग दे विच। टाइम 8:30 दे करीब, 8:15 दे करीब, क्योंकि 8:30 तों 10 मिनट अगे है घड़ी। बैटरी वास्ते आपां लैण चलने बिस्कुट। हाँ जी, चाह वगैरह नबेड़ के हुण तां हो गया नाश्ते दा टाइम, सो ब्रश वगैरह करदे आ। एक ना कल मैनूं वीडियो ते कमेंट आया सी भी कहिंदा भी बाई तेरा चैनल नहीं चली जांदा, तू रहण दे ना, मत्था कपाई कर, आपदे करियर बारे सोच जो अगे करना। सो उहदा बहुत बहुत धन्नवाद जो भी सी बाई, मैनूं नहीं पता कौन सी है ना भी कला नाम सी। सो बहुत बहुत थैंक यू वीरे दसन लई भी नहीं चली इंदा चैनल। वो बंदे ने ना कमेंट करके नाल दी नाल डिलीट भी करता। फिर जे तुसी कमेंट करन दी हिम्मत रखदे हो तां नू पब्लिक रखन दी भी हिम्मत रख्या करो। पेशेंस रखनी बहुत जरूरी हुंदी है हरेक काम च। तुसी कोई दुकान खोलदे हो ये नहीं भी तुहाडा सीधा काम चल पूगा। पहुंच गए मोहनवीर ते मौसम औसम भाई औसम। हाँ जी, मौसम का लुत्फ उठान जा रहे आपां। हां खजूरा खान चले आ। Have you ever met someone you could not get matter? ਹੁਣ ਆਏ ਸੀ ਦਾਣਾ ਮੰਡੀ, ਮੋਹਨ ਨੂੰ ਥੋੜਾ ਕੰਮ ਸੀਗਾ। ਆਇਆ ਦਾਣਾ ਮੰਡੀ, ਹੋ ਗਿਆ ਕੰਮ? ਢਿੱਲਾ ਪੈ ਗਿਆ, ਮੀਂਹ ਵੀ ਸਟਾਰਟ ਹੋ ਗਿਆ। ਮਤਲਬ ਮੌਸਮ ਤਾਂ ਹੋਇਆ ਪਿਆ ਸੀ ਮੀਂਹ ਵਾਲਾ, ਆ ਵੀ ਗਿਆ ਥੋੜਾ ਥੱਲੇ ਹੋ ਜਾਈਏ ਆਪਾਂ ਛੱਤ ਥੱਲੇ। ਮੀਂਹ ਪੈਣ ਲੱਗ ਗਿਆ ਸਟਾਰਟ ਵਧੀਆ। ਇਹਨੇ ਹੁਣ ਜਾਣਾ ਸੀ ਬੈਂਕ ਜ਼ਰੂਰੀ ਸੀਗਾ, ਤੋ ਰੁਕਣ ਦੀ ਬਜਾਏ ਚੱਲ ਪਏ ਅਸੀਂ। Have you ever been in love so deep there's no way out? I wish I could explain your eyes and how the sound of your voice gives me. ਹਮ ਤਾਂ ਹੋ ਗਿਆ ਡਨ ਤੇ ਹੁਣ ਥੋੜੀ ਨਾ ਸਟ੍ਰਿਕਾਂ ਪਾਈ ਜਾਂਦਾ, ਸਾਰਿਆਂ ਨੂੰ ਪਤਾ ਲੱਗ ਜਾਏ ਮਲੋੜ ਚ ਆ ਗਿਆ। ਤੁਹਾਨੂੰ ਤਾਂ ਘੈਂਟ ਹੈ, ਹੁਣੇ ਵੇਖੋ 3-4 ਘੰਟਿਆਂ ਨੂੰ ਜਾਂ 1-2 ਘੰਟਿਆਂ ਨੂੰ ਹੀ ਧੁੱਪ ਐ ਚੜੀ ਹੋਈ ਜਿਵੇਂ ਪਤਾ ਨੀ ਮੀਂਹ ਪਿਆ ਹੀ ਨਾ ਹੋਵੇ। ਭਰਾਵਾ ਮੀਂਹ ਪਈ ਜਾਂਦਾ ਤੇ ਤੁਸੀਂ ਬਾਲਟੀਆਂ ਭਰੀ ਜਾਂਦੇ ਹੋ ਨਲਕੇ ਤੋਂ, ਕਿਉਂ ਖੇਚਲ ਕਰੀ ਜਾਂਦੇ ਇੰਨੀ? ਹੈ ਆ ਗਿਆ ਤੂੰ ਬਾਲੇ ਤੋਂ, ਕੀ ਕਰਕੇ ਆਇਆ ਉੱਥੇ, ਕਿਹਨੂੰ ਮਿਲ ਕੇ ਆਇਆ? ਅੱਲਾ ਬੋਲ ਫੜ, ਗੰਦੀ ਬੋਲ ਫੜਾ ਦੀ, ਮੈਨੂੰ ਹੱਥ ਹੋਣੇ ਪੈਣੇ ਹੁਣ ਸਾਬਣ ਨਾਲ। ਦੇ ਦੇ ਇੱਕ ਵਾਰੀ, ਚੱਲ ਦੇ ਦੇ। ਨਾਇਕ ਫਿਲਮ ਦੇ ਹੀਰੋ ਬਣੀ ਜਾਂਦੇ ਆ ਫਿਰ। ਓਏ ਜਾਣਾ ਕਿ ਨਹੀਂ ਕਰੇ? ਕਿਉਂ ਨਹੀਂ ਜਾਂਦਾ? ਇੱਜ਼ਤ ਹੀ ਹੈ ਨਹੀਂ ਭਰਾ। ਚੱਲ ਨਾ ਚੰਗੀ ਤਰ੍ਹਾਂ ਲੁਤਫ ਉਠਾਓ, ਇੱਧਰ ਆ ਕੇ ਨੱਚ ਥੋੜ੍ਹਾ ਜਿਹਾ। ਆ ਗੱਲ ਹੈ ਜਿਵੇਂ ਮੀਂਹ ਪਈ ਜਾਂਦਾ ਇਹਨਾਂ ਤੇ ਨਲਕਾ ਗੇੜ ਕੇ ਨਹਾਈ ਜਾਂਦਾ, ਫਾਇਦਾ ਕੀ? ਹਾਂ ਏ ਮੀਂਹ ਪਈ ਤਾਂ ਆਉਂਦਾ ਨਲਕਾ ਕੋ ਖੇੜੀ ਜਾਂਦਾ ਫਿਰ। ਹੋਰ ਜੀ ਸਰਦਾਰ ਸਾਹਿਬ, ਹੈਲੋ, ਆ ਗਏ ਫਿਰ? ਪੂਰਾ ਨਜ਼ਾਰਾ, ਨਹਾਈਏ ਨਹਾਈਏ ਆ ਜਾ, ਕੁਛ ਨਹੀਂ ਹੁੰਦਾ, ਹੋਗਾ ਕੈਦ ਕਰ ਰੱਖੇ ਵਿਚਾਰੇ। ਲਓ ਜੀ ਬਾਰਿਸ਼ ਤਾਂ ਹੋ ਗਈ ਬੰਦ, ਤੇ ਇੱਧਰ ਨਹਾ ਧੋ ਕੇ ਵੀ ਆ ਗਏ, ਹੋ ਗਿਆ ਕੰਮ ਖਤਮ ਆਪਣਾ। ਚਲੋ ਫਿਰ ਸੋ ਜਾਓ ਰਜਾਈ ਲੈ ਕੇ। ਆ ਗਿਆ ਟਿਊਸ਼ਨ ਤੋਂ? ਹੈਂ ਏ ਗੈਰੀ ਤਾਂ ਆਇਆ ਨਹੀਂ ਅੱਜ, ਗੈਰੀ ਸ਼ਾਮੀ ਜਾਂਦਾ। ਕਾਫੀ ਦਿਨਾਂ ਬਾਅਦ ਬਾਰਿਸ਼ ਹੋਈ, ਅਰਚੀ ਦੀ ਹਰੀ ਨਹਾਤੇ, ਦੋਵੇਂ ਨਹਾਤੇ, ਤੇ ਕਿੱਦਾਂ ਦਾ ਫੀਲ ਹੋਇਆ ਤੁਹਾਨੂੰ ਫਿਰ? ਬਹੁਤ ਅੱਛਾ, ਮਜ਼ਾ ਆਇਆ, ਮਜ਼ਾ ਆਇਆ, ਤੁਹਾਨੂੰ ਵੀ ਆਇਆ? ਕਿੰਨਾ ਕੁ? ਬਹੁਤ ਸਾਰਾ ਕੀ ਇੰਨਾ? ਗਰਮ ਪਾਣੀ ਨਾਲ ਲੱਗਾ ਮਨ, ਆਇਆ ਉੱਪਰ ਨਾ ਕੇ ਆਇਆ। ਅੱਛਾ ਉੱਪਰ ਗਰਮ ਪਾਣੀ ਨਾਲ ਆ ਗਿਆ? ਨਾ ਉਹ ਗਰਮ ਪਾਣੀ ਨਾਲ ਨਹੀਂ, ਬਾਰਿਸ਼ ਨਾਲ ਥੱਲੇ ਹੋ ਕੇ ਠੰਡੇ ਨਾਲ ਨਹਾਤਾ। ਬਾਰਿਸ਼ ਦਾ ਮੌਸਮ ਤੇ ਤਿਆਰ ਹੋ ਰਹੀ ਹੈ ਲੇਟੀ ਆਟੇ ਕੀ, ਮਜ਼ਾ ਆ ਜਾਏਗਾ ਭਾਜੀ ਬਾਰਿਸ਼ ਕੇ ਮੌਸਮ ਮੇਂ ਯੇ ਚੀਜ਼ ਖਾਣੇ ਕਾ ਤੋ ਅਲਗ ਹੀ ਮਜ਼ਾ ਹੈ। ਲਓ ਜੀ ਪਹੁੰਚੇ ਹਾਂ ਉੱਤੇ, ਚਲੋ ਥੋੜ੍ਹੇ ਨਾ ਮੂਵ ਜਿਹੇ ਕਰ ਰਹੇ, ਮੈਂ ਸੋਚਿਆ ਵੀ ਥੋੜ੍ਹਾ ਹਾਈਪਰ ਲੈਪਸ ਲੈ ਕੇ ਦੇਖਦੇ ਹਾਂ ਕਿਹੋ ਜਿਹਾ ਆਉਂਦਾ। ਸੋ ਵੇਖਦੇ ਹਾਂ ਜੇ ਵਧੀਆ ਬਣਿਆ ਤਾਂ ਇਸ ਤੋਂ ਨੈਕਸਟ ਕਲਿੱਪ 'ਚ ਤੁਹਾਨੂੰ ਦੇਖਣ ਨੂੰ ਮਿਲੂਗਾ। ਲੈਟਸ ਟਰਾਈ। ਚੁੱਕੀ ਹੈ ਲੇਟੀ, ਬਸ ਇਹ ਖਾ ਕੇ ਤਾਂ ਆਪਾਂ ਜੰਨਤ 'ਚ ਹੋਵਾਂਗੇ। ਸਿਰਾ ਜ਼ਿਆਦਾ ਖਾਧੀ ਵੀ ਥੋੜ੍ਹਾ ਨਾ ਫਿਰ ਬਾਅਦ 'ਚ ਸੇਰੇ ਆ, ਮਤਲਬ ਜੀ ਜਾ ਔਖਾ ਹੋਣ ਲੱਗ ਜਾਂਦਾ। ਸੋ ਲਿਮਟ ਦੀ ਖਾਓ ਅਤੇ ਐਂ ਮੈਂ ਕਹਿੰਦਾ ਭਾਜੀ ਝੂਮਦੇ ਨਜ਼ਾਰੇ ਲਓ, ਬਸ ਝੂਟੇ ਲਓ ਜੰਨਤ ਦੇ। ਫੂਕ ਮਾਰਨੀ ਬਹੁਤ ਜ਼ਰੂਰੀ, ਨਹੀਂ ਤਾਂ ਜੀਭ ਸੜ ਜੂਗੀ। ਓਏ ਹੋਏ ਹੋਏ ਹੋਏ, ਸਿਰਾ ਭਾਜੀ ਸਿਰਾ ਥੱਲੇ ਡੁੱਲ ਗਈ। ਬਸ ਕਰਤਾ ਕੰਮ ਹੋਈ, ਸੋ ਹੁਣ ਬਾਜ਼ਾਰ ਥੋੜ੍ਹਾ ਕੰਮ ਹੈ ਨਿਬੇੜਿਆ ਜੀ।
Have you ever met someone you feel like he's the one? Oh! गुटे नु चक मारी जाए तेन मैं नहीं जान देता ये तो मर्जी होगी मेरी फिर तू जाएगा जनरेटर या स्टार्ट कर लेगा जे गल लड़ी दी आ गई फिर नहीं जान देना। तो हुण टाइम हो गया कोई 9 बज गए खास यार अज शूट नहीं कर पाया क्योंकि कोई गल हो गई सी उहदे करके मेरा जी नहीं किया भी मैं ब्लॉग शूट करा गल ही कोई शोदा की सी। तो एक ना मुंडे का कमेंट आया कि डेली ब्लॉग च स्वाद नहीं आता है ना दो ब्लॉग छड़ के मतलब की करते हैं उही डेली रूटीन ही होंगी है या असी मतलब कितने खाण चल गए पर सानू इदा होंगे भी कोई स्ट्रैटेजी जाना पैंदा प्लैनिंग जाना पैंदा है ना भी अज इत्थे जाना ब्लॉग शूट करना पर जिहड़ा स्वाद डेली ब्लॉगिंग दा ना वह मैनू ही पता है और लोग नहीं जान सकते लोगों तो यही है भी है ना सेम विखाई जाता कोई गल नहीं तुसी ना वेखो है ना भी मैं तुहानू फोर्स तो नहीं करता मैनू नहीं वधिया लगते बेशक ना वेख्या करो जिन्हों वधिया लगते वो वेखते एवें नहीं 400-500 व्यू आता सगो जिहड़े 2-3 दिन छड़ के ब्लॉग पाता सीगा उहदे ते व्यू घट आते हुण कितें जाके व्यू खिचीन लग गए अदा मैनू डेली ब्लॉगिंग दा ही है क्योंकि डेली नवी वीडियो पै रही है ना उन्ना ज़्यादा चैनल ते इंपैक्ट पै रहा सबसक्राइबर भावें गए ना हुण गल सारी ना वीडियो की रीच की है जे एक वीडियो भी चल पी तो उनके नाल नाल मैनू होर वीडियो से भी व्यू आन गए कि रही गल भी जेहड़े कह रहे हैं भी डेली ब्लॉग च स्वाद नहीं आता बेशक है ना 2-3 दिन छड़ के तुसी थंबनेल दे अकॉर्डिंग जे तुहानू थंबनेल वधिया लगता है भी हाँ अज वाली वीडियो वेखन लायक हैगी है तुसी उस हिसाब नाल वेख लिया करो है ना मैं किसी फोर्स तो किया नहीं मेरी वीडियो वेखो ना मैं तुहाडे तो धक्के नाल सबसक्राइब कराया होया सो मैं तो इको गल ध्यान नाल वास्ते भी जिनी ज़्यादा मैं वीडियो पाऊंगा उन्ना ज़्यादा मेरे चैनल नूं फायदा या मैनू फायदा है कल नूं लैके फ्यूचर नूं लैके ओके बाय बाय मिलते हैं नैक्सट ब्लॉग के विच आज थोड़ा मूड नहीं है ब्लॉगिंग करना मेरा कोई गलबात हो गई सी यार कल मिलता तुहानू मैं।